ਪੰਜਾਬ ਵਿੱਚ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਤੋਂ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਤਾਂ ਸਭ ਨੇ ਕਰੋਨਾ ਲਈ ਪਠਲਾਵਾ ਦੇ ਮ੍ਰਿਤਕ ਬਲਦੇਵ ਸਿੰਘ ਪਠਲਾਵਾ ਨੂੰ ਜ਼ਿੰਮੇਵਾਰ ਠਹਿਰਾਇਆ। ਬਲਦੇਵ ਸਿੰਘ ਤੋਂ ਬਾਅਦ ਇਲਾਕੇ ਵਿੱਚ ਕਰੀਬ 18 ਮਰੀਜ਼ ਪੌਜ਼ਿਟਿਵ ਪਾਏ ਗਏ ਜਿਨ੍ਹਾਂ ਨੇ ਅੱਜ ਕਰੋਨਾ ਤੋਂ ਜੰਗ ਜਿੱਤੀ ਅਤੇ ਨਵਾਂਸ਼ਹਿਰ ਨੂੰ ਕਰੋਨਾ ਤੋਂ ਮੁਕਤ ਕਰਵਾਇਆ। ਪਰ ਸ਼ਹਿਰ ਦੇ ਕਰੋਨਾ ਮੁਕਤ ਹੋਣ ਦੀ ਦੇਰ ਸੀ ਕਿ ਨਵਾਂਸ਼ਹਿਰ ਦੇ ਬਿਲਕੁਲ ਨੇੜਲੇ ਕਸਬੇ ਗੜਸ਼ੰਕਰ ਵਿੱਚ ਲੋਕਾਂ ਨੂੰ ਜਿਵੇਂ ਖੁੱਲ੍ਹਾ ਮਿਲ ਗਈਆਂ। ਇਸ ਸਭ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਕਰਫਿਊ ਅਤੇ ਕਰੋਨਾ ਨੂੰ ਠੇਂਗਾ ਦਿਖਾਉਂਦੇ ਨਜ਼ਰ ਆਏ। ਸ਼ਹਿਰ ਵਾਸੀਆਂ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦਾ ਹਾਲਚਾਲ ਜਾਣਨ ਲਈ ਜਦੋਂ ਅੱਜ ਸਾਡੀ ਟੀਮ ਵੱਲੋਂ ਗੜਸ਼ੰਕਰ ਦਾ ਦੌਰਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਦਿੱਤੇ ਨਿਰਦੇਸ਼ਾਂ ਦੀਆਂ ਧੱਜੀਆਂ ਉੜਦੀਆਂ ਨਜ਼ਰ ਆਈਆਂ। ਸ਼ਹਿਰ ਵਿੱਚ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਮਿਲੀਆਂ। ਕਰਿਆਨੇ ਦੀਆਂ ਦੁਕਾਨਾਂ ਤੋਂ ਛੁੱਟ ਇਲੈਕਟ੍ਰੋਨਿਕ, ਕੱਪੜਾ ਅਤੇ ਜੁੱਤੀਆਂ ਆਦਿ ਦੀਆਂ ਦੁਕਾਨਾਂ ਵੀ ਧੜੱਲੇ ਨਾਲ ਖੁੱਲ੍ਹੀਆਂ ਦਿਖਾਈ ਦਿੱਤੀਆਂ। ਉੱਧਰ ਸ਼ਹਿਰ ਦੇ ਕਈ ਜ਼ਿੰਮੇਵਾਰ ਲੋਕ ਸ਼ਹਿਰ ਵਾਸੀਆਂ ਦੇ ਇਸ ਰਵੱਈਏ ਤੋਂ ਪਰੇਸ਼ਾਨ ਨਜ਼ਰ ਆਏ ਅਤੇ ਇਸ ਵਿੱਚ ਸਾਰਾ ਕਸੂਰ ਪ੍ਰਸ਼ਾਸਨ ਦਾ ਕੱਢਦੇ ਦਿਖਾਈ ਦਿੱਤੇ। ਗੜਸ਼ੰਕਰ ਵਿੱਚ ਜਾਂ ਸਾਡੇ ਪੂਰੇ ਪੰਜਾਬ ਦੇ ਭਾਰਤ ਵਿੱਚ ਕਰਫਿਊ ਲੱਗਾ ਹੋਇਆ ਹੈ। ਇਸ ਦੇ ਬਾਵਜੂਦ ਵੀ ਜਿਹੜੀਆਂ ਗੜਸ਼ੰਕਰ ਵਿੱਚ ਦੁਕਾਨਾਂ ਜਿਨ੍ਹਾਂ ਕੋਲ ਪਾਸ ਨਹੀਂ ਹੈਗਾ ਉਹ ਵੀ ਖੋਲ੍ਹ ਕੇ ਬੈਠੇ ਆ, ਜਿਵੇਂ ਕਿ ਇਲੈਕਟ੍ਰੋਨਿਕਸ ਦੁਕਾਨਾਂ ਹੋ ਗਈਆਂ, ਜੁੱਤੀਆਂ ਵਾਲਿਆਂ ਦੀਆਂ ਦੁਕਾਨਾਂ ਹੋ ਗਈਆਂ, ਉਹ ਵੀ ਖੁੱਲ੍ਹੀਆਂ ਆ। ਜਿਹੜੇ ਪਾਸ ਵਾਲੇ ਆ, ਜਿਹੜੇ ਜ਼ਰੂਰੀ ਵਸਤਾਂ ਦੀ ਸਪਲਾਈ ਕਰਦੇ ਆ, ਉਹਨਾਂ ਦੀਆਂ ਦੁਕਾਨਾਂ ਤਾਂ ਚਲੋ ਮੰਨਿਆ ਕਿ ਉਹ ਖੁੱਲ੍ਹਣੀਆਂ ਜ਼ਰੂਰੀ ਆ। ਉਹਨਾਂ ਨੂੰ ਵੀ ਇਹ ਹਿਦਾਇਤਾਂ ਇਹ ਆ ਕਿ ਜਿਹੜੇ ਉਹ ਆਪਣੀ ਦੁਕਾਨ 'ਤੇ ਰਸ਼ ਨਾ ਪਾਉਣ, ਅੱਬਲ ਤਾਂ ਉਹ ਹੋਮ ਡਿਲੀਵਰੀ ਦੇਣ। ਇਸ ਦੇ ਬਾਵਜੂਦ ਹੀ ਉਹਨਾਂ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਮੂਹਰੇ ਵੀ ਰਸ਼ ਪਿਆ ਰਹਿੰਦਾ ਆ। ਤੇ ਔਰ ਜਿਹੜੀ ਟ੍ਰੈਫਿਕ ਆ, ਟ੍ਰੈਫਿਕ ਤਾਂ ਬਿਲਕੁਲ ਵੀ ਬੇਲਗਾਮ ਹੈ, ਇਹਨੂੰ ਕੋਈ ਕੰਟਰੋਲ ਕਰਨ ਵਾਲਾ ਨਹੀਂ ਹੈਗਾ। ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਹੈਗੇ ਆ ਉਹ ਸਿਰਫ ਇੱਕ ਜਾਂ ਡੇਢ ਘੰਟਾ ਜਾ ਕੇ ਬੰਗਿਆ ਚੌਂਕ 'ਚ ਜਾ ਕੇ ਖੜ੍ਹ ਜਾਂਦੇ ਆ, ਉਹ ਸਿਰਫ ਉਹ ਜਿਹੜੇ ਉਨਾ ਕੁ ਟਾਈਮ ਚਲਾਨ ਕਰਦੇ ਆ, ਉਹਦੇ ਬਾਅਦ ਫਿਰ ਸਥਿਤੀ ਜਿਹੜੀ ਆ ਫਿਰ ਉਹੋ ਜਿਹੀ ਬਣੀ ਰਹਿੰਦੀ ਆ। ਟ੍ਰੈਫਿਕ ਆਮ ਵਾਂਗਰ ਚੱਲਦੀ ਆ ਅਤੇ ਇਹਨਾਂ ਨੂੰ ਕੋਈ ਵੀ ਕੁਛ ਵੀ ਕਹਿਣ ਵਾਲਾ ਨਹੀਂ ਹੈਗਾ। ਅਤੇ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਉਹ ਜਿਹੜੇ ਆ ਵੱਧ ਤੋਂ ਵੱਧ ਚਲਾਨ ਕੀਤੇ ਜਾਣ, ਕਿਉਂਕਿ ਹਜੇ ਤੱਕ ਜਿਹੜਾ ਗੜਸ਼ੰਕਰ ਏਰੀਆ ਬਹੁਤ ਸੇਫ ਆ, ਕਿਉਂਕਿ ਇਹਨਾਂ ਦੀ ਅਣਗਹਿਲੀ ਕਰਕੇ ਕਿਤੇ ਫਿਰ ਅਸੀਂ ਜਿਹੜੇ ਆ ਪੂਰੇ ਹੌਟਸਪੋਟ ਨਾਲ ਸਾਡਾ ਏਰੀਆ ਬਣ ਜਾਵੇ। ਅਸੀਂ ਅਧਿਕਾਰੀਆਂ ਨੂੰ ਮੰਗ ਕਰਦੇ ਹਾਂ ਕਿ ਇੱਥੇ ਵੀ ਜਿਹੜੀ ਸਖਤੀ ਵਰਤੀ ਜਾਵੇ ਔਰ ਜਿਹੜੇ ਟ੍ਰੈਫਿਕ ਬੇਲਗਾਮ ਹੋਇਆ ਇਹਨੂੰ ਕਾਬੂ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਨਾ ਸਿਰਫ ਸ਼ਹਿਰ ਦੀਆਂ ਦੁਕਾਨਾਂ ਖੁੱਲ੍ਹੀਆਂ ਸੀ, ਸਗੋਂ ਸਬਜ਼ੀ ਮੰਡੀ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਗੇਟ 'ਤੇ ਟੰਗਿਆ ਦੇਖਿਆ ਗਿਆ, ਜਦਕਿ ਮੰਡੀ ਦੇ ਅੰਦਰ ਨਿਯਮ ਕਿਤੇ ਵੀ ਹੱਥ ਨਾ ਲੱਗਿਆ। ਉਧਰੇ ਸਭ ਵਿੱਚ ਪ੍ਰਸ਼ਾਸਨ ਲੋਕਾਂ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ ਅਤੇ ਅੱਗੇ ਤੋਂ ਨਿਯਮਾਂ ਨੂੰ ਹੋਰ ਸਖਤੀ ਨਾਲ ਲਾਗੂ ਕਰਨ ਦੀ ਗੱਲ ਆ ਕੇ ਪੱਲਾ ਝਾੜ ਰਿਹਾ ਹੈ। ਤੁਸੀਂ ਹੁਣੇ ਇਹ ਗੱਲ ਮੇਰੇ ਧਿਆਨ 'ਚ ਲਿਆਂਦੀ ਹੈ। ਇੱਕ ਦਿਨ ਪਹਿਲਾਂ ਵੀ ਮੈਨੂੰ ਇਹ ਖਬਰ ਮਿਲੀ ਸੀ ਕਿ 2-3 ਦੁਕਾਨਾਂ ਖੁੱਲ੍ਹੀਆਂ, ਤਾਂ ਅਸੀਂ ਮੈਂ ਉਸ ਦਿਨ SHO ਨੂੰ ਨਾਲ ਦੀ ਨਾਲ ਫੋਨ ਕਰਕੇ ਕਹਿਤਾ ਸੀ ਅਤੇ ਉਸ ਤੋਂ ਬਾਅਦ 1-2 ਪਰਚੇ ਵੀ ਉਹਨਾਂ 'ਤੇ ਕੀਤੇ ਸੀ। ਤੁਹਾਡੇ ਜਿਹੜਾ ਮੀਡੀਅਮ ਹੈ ਇਹਦੇ ਰਾਹੀਂ ਮੈਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਪਣੀਆਂ ਦੁਕਾਨਾਂ ਜਿਹੜੀਆਂ 3 ਮਈ ਤੱਕ ਅਜੇ ਬੰਦ ਰੱਖਣੀਆਂ। ਜਿਹੜੀਆਂ ਦੁਕਾਨ ਖੁੱਲ੍ਹਣੀਆਂ ਉਹਦੇ ਰਿਗਾਰਡਿੰਗ ਅਸੀਂ ਪਹਿਲਾਂ ਹੀ ਉਹਨਾਂ ਨੂੰ ਪਾਸ ਹੈ ਜਿਹੜੇ, ਉਹ ਵੀ ਹੋਮ ਡਿਲੀਵਰੀ ਦੇ ਦਿੱਤੇ ਹੋਏ ਹੈ। ਸੋ ਉਸ ਦੀ ਆੜ 'ਚ ਕੋਈ ਵੀ ਜਿਹੜਾ ਦੁਕਾਨਦਾਰ ਆਪਣੀ ਦੁਕਾਨ ਨਾ ਖੋਲ੍ਹੇ, ਅਦਰਵਾਈਜ਼ ਤੁਹਾਡੇ 'ਤੇ ਜਿਹੜਾ ਪਰਚਾ 188 ਦਾ ਉਹ ਹੋ ਜਾਏਗਾ ਅਤੇ ਹੋਰ ਬਣਦੀ ਜਿਹੜੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ। ਸਰ, ਇੱਕ ਸਿਵਲ ਹਸਪਤਾਲ ਦੀ ਵੀ ਪ੍ਰੋਬਲਮ ਆ ਰਹੀ ਹੈ, ਜਦੋਂ ਮੀਡੀਆ ਪੱਤਰਕਾਰਾਂ ਨਾਲ ਜਾ ਕੇ ਦੇਖੇ ਤਾਂ ਡਾਕਟਰ ਹੀ ਮੌਜੂਦ ਨਹੀਂ ਹੈ ਉੱਥੇ ਅਤੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ। ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਦੇਖੋ, ਸਵੇਰੇ ਹੋ ਸਕਦਾ ਵੀ ਜਿਵੇਂ ਤੁਸੀਂ ਦੱਸ ਰਹੇ ਹੋ 8 ਵਜੇ ਦੇ ਨੇੜੇ ਤੇੜੇ ਮਤਲਬ ਜਿਵੇਂ ਇੱਕ ਡਾਕਟਰ ਸੀ, ਅਤੇ ਬਾਕੀ ਮੈਂ SMO ਸਾਹਿਬ ਨਾਲ ਗੱਲ ਕਰਦਾ ਅਤੇ ਇਨਸ਼ੋਰ ਕਰਦੇ ਹਾਂ ਕਿ ਜਿਹੜੇ ਡਾਕਟਰਾਂ ਦੀ ਪ੍ਰੈਜੈਂਸ ਆ ਜਿਹੜੀ ਹਸਪਤਾਲ ਦੇ ਵਿੱਚ ਉਹ ਹੋ ਰਹੇ ਪ੍ਰੋਪਰ। ਸਰ, ਇੱਕ ਦਾਣਾ ਮੰਡੀ ਦੇ ਵੀ ਸਵੇਰੇ ਸਵੇਰੇ ਬਹੁਤ ਰਸ਼ ਪੈ ਰਿਹਾ ਜੀ, ਜਿੱਦਾਂ ਰੇਹੜੀ ਦੇ ਲੋਕ ਕਾਫੀ ਸਮਾਨ ਲੈਣ ਆਉਂਦੇ, ਡਿਸਟੈਂਸ ਦਾ ਧਿਆਨ ਨਹੀਂ ਰੱਖੀ ਜਾ ਰਿਹਾ। ਤੁਸੀਂ ਸਬਜ਼ੀ ਮੰਡੀ ਦੀ ਗੱਲ ਕਰ? ਹਾਂਜੀ ਹਾਂਜੀ, ਸਬਜ਼ੀ ਮੰਡੀ 'ਚ ਅਸੀਂ ਇੰਸਟਰਕਸ਼ਨਾਂ ਸਾਡੀਆਂ ਜਾਰੀ ਹੈ ਅਤੇ SHO ਨੂੰ ਮੈਂ ਲਗਾਤਾਰ ਕਿਹਾ ਕਿ ਉੱਥੇ ਸਵੇਰੇ ਮੰਡੀ 'ਚ ਜਿਹੜੇ 2 ਬੰਦੇ ਆ ਹਮੇਸ਼ਾ ਰਹਿਣਗੇ। ਬਾਕੀ ਮੈਂ ਕਨਫਰਮ ਕਰਨਾ, ਅਗਰ ਤੁਸੀਂ ਅੱਜ ਦੇਖਿਆ ਇਹ, ਹਾਂਜੀ, ਅਤੇ ਅਗਰ ਤੁਸੀਂ ਅੱਜ ਇਹ ਗੱਲ ਦੇਖੀ ਹੈ ਤਾਂ ਮੈਂ ਹੁਣ SHO ਨਾਲ ਗੱਲ ਕਰਕੇ DSP ਸਾਹਿਬ ਦੇ ਵੀ ਧਿਆਨ 'ਚ ਲੈ ਕੇ ਆਉਂਦਾ ਇਹ ਗੱਲ, ਅਤੇ ਕੱਲ੍ਹ ਤੋਂ ਇਨਸ਼ੋਰ ਕਰਦੇ ਹਾਂ ਕਿ ਸਬਜ਼ੀ ਮੰਡੀ 'ਚ ਜਿਹੜੀ ਵੀ ਕੋਈ ਵੀ ਕਰਫਿਊ ਦੀ ਉਲੰਘਣਾ ਨਾ ਪਈ ਹੈ। ਦੱਸ ਦਈਏ ਕਿ ਨਵਾਂਸ਼ਹਿਰ ਤੋਂ ਗੜਸ਼ੰਕਰ ਦੀ ਦੂਰੀ ਮਹਿਜ 8-9 ਕਿਲੋਮੀਟਰ ਦੀ ਹੈ। ਨਵਾਂਸ਼ਹਿਰ ਵਿੱਚ ਕਰੋਨਾ ਦੇ ਕੁੱਲ 19 ਮਾਮਲੇ ਪਾਏ ਗਏ ਸੀ, ਜਿਨ੍ਹਾਂ ਵਿੱਚ ਇੱਕ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ, ਜਦਕਿ 18 ਵਿਅਕਤੀ ਇਲਾਜ ਦੌਰਾਨ ਤੰਦਰੁਸਤ ਹੋ ਕੇ ਅੱਜ ਆਪਣੇ ਘਰ ਮੁੜ ਆਏ ਨੇ। ਪਰ ਕਿਸੇ ਸਮੇਂ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਨੂੰ ਜ਼ਿੰਮੇਵਾਰ ਦੱਸਣ ਵਾਲੇ ਇਹ ਪੰਜਾਬੀ ਹੁਣ ਖੁਦ ਹੀ ਕਰੋਨਾ ਨੂੰ ਲੈਣ ਲਈ ਘਰੋਂ ਬਾਹਰ ਆ ਗਏ ਨੇ। ਪਰ ਸ਼ਾਇਦ ਨਵਾਂਸ਼ਹਿਰ ਦੀ ਬਿਲਕੁਲ ਹੀ ਹੱਦ 'ਚ ਬੈਠੇ
गढ़शंकर वासियों नूं इह मंजूर नहीं है अते हुण उह करोना नूं अपने शहर विच लैण लई घरां तों बाहर आ गए ने। गढ़शंकर तों संजीव कुमार, पंजाबी लोक चैनल।